ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨੌਣਾ ਘੰਡਾ ਬੰਨਾ ਬਠਿੰਡੇ ਵਾਲਾ ਅੱਜ ਮੈਂ ਕਣਕ ਨੂੰ ਪਾਣੀ ਲਾ ਰਿਆ ਸੀ ਤੇ ਵੀਡੀਓ ਵੇਖ ਰਿਹਾ ਸੀ ਉਹਦੇ ਚ ਬਹੁਤ ਸਾਰੇ ਵਿੱਚ ਲੀਡਰ ਕਹਿ ਰਹੇ ਆ ਵਿੱਚ ਆਮ ਲੋਕ ਕਹਿ ਰਹੇ ਆ ਵੀ ਅੰਮਰਤਪਾਲ ਦੀ ਪੰਜਾਬ ਨੂੰ ਕੀ ਲੋੜ ਆ ਯਾਰ ਸਰਕਾਰ ਹੈਗੀ ਐ ਇੱਥੇ ਅੰਮਰਤ ਛਕਾਉਣ ਵਾਲੇ ਬਥੇਰੇ ਹੈਗੇ ਆ ਤੇ ਮੇਰੇ ਮਨ ਵਿੱਚ ਕੁਝ ਲੈਣਾ ਆਈਆਂ ਮੈਂ ਤੁਰਦੇ ਫਿਰਦੇ ਨੇ ਉਹ ਗੁਣਗਣਾਈਆਂ ਤੇ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਆ ਤੁਹਾਨੂੰ ਬਸੰਦ ਆਉਣਗੀਆਂ ਵੀ ਕਿਉਂ ਲੋੜ ਐ ਪੰਜਾਬ ਨੂੰ ਤੇ ਲੈ ਸੁਣ ਫਿਰ ਹੋ ਤੁਮਾਂ ਦਾਦੂ ਟੱਡਰੀ ਵਰਗੇ ਸਭ ਸਰਕਾਰੀ ਕੁਛੜ ਚ ਵੜ ਗਏ ਹੋ ਤੁਮਾਂ ਦਾਦੂ ਟੱਡਰੀ ਵਰਗੇ ਸਭ ਸਰਕਾਰੀ ਕੁਛੜ ਚ ਵੜ ਗਏ ਕੌਮ ਦੇ ਨਾਲ ਗੰਦਾਰੀ ਕਰ ਗਏ ਖਾ ਕੇ ਲੱਖ ਕਰੋੜਾਂ ਓਏ ਅੰਮ੍ਰਿਤ ਪਾਲਦਿਆਂ ਤਾਂ ਹੀ ਪੰਜਾਬ ਨੂੰ ਲੋੜਾਂ ਓਏ ਅੰਮ੍ਰਿਤ ਪਾਲਦਿਆਂ ਤਾਂ ਹੀ ਪੰਜਾਬ ਨੂੰ ਲੋੜਾ ਹੋ ਚੱਪੇ ਚੱਪੇ ਤੇ ਬਣ ਗਏ ਡੇਰੇ ਪਾਏ ਪਖੰਡੀਆਂ ਪੰਜਾਬ ਨੂੰ ਘੇਰੇ ਇੱਕ ਨਹੀਂ ਇੱਥੇ ਸੰਤ ਬਥੇਰੇ ਇੱਕ ਨਹੀਂ ਇੱਥੇ ਸੰਤ ਬਥੇਰੇ ਜੁੜੀਂ ਗਿਆ ਬਹੁਤਿਆਂ ਦੀਆਂ ਆ ਰਹੀ ਇਸ ਨਾਲ ਡੋਰਾ ਓਏ ਅੰਮ੍ਰਿਤ ਪਾਲ ਦੀਆਂ ਤਾਂ ਹੀ ਪੰਜਾਬ ਨੂੰ ਲੋੜਾਂ ਓਏ ਅੰਮ੍ਰਿਤ ਪਾਲ ਦੀਆਂ ਤਾਂ ਹੀ ਪੰਜਾਬ ਨੂੰ ਲੋੜਾਂ ਹੋ ਪਿੰਡਰਾਂ ਵਾਲੇ ਸੰਤਾ ਮੰਗਰੋਂ ਕੋਈ ਨਾ ਮਿਲਿਆ ਆਗੂ ਸ਼੍ਰੋਮਣੀ ਕਮੇਟੀ ਸਿਆਸੀ ਹੱਥਾਂ ਵਿੱਚ ਹੋਈ ਪਈ ਐ ਦਾਬੂ ਉਹ ਇੱਕ ਬੰਦੇ ਦਾ ਚੱਲਦਾ ਸਿਕਾ ਹਰ ਥਾਂ ਉੱਤੇ ਜਾਦੂ ਤਾਈਓ ਲੱਗੀਆਂ ਕਾਲ ਤਖਤ ਨੂੰ ਖੋਹ ਰਾਂ ਓਏ ਅੰਮ੍ਰਿਤ ਪਾਲਦੀਆਂ ਤਾਂ ਹੀ ਪੰਜਾਬ ਨੂੰ ਲੋੜਾਂ ਓਏ ਅੰਮ੍ਰਿਤ ਪਾਲਦੀਆਂ ਹੋ ਲੀਡਰਾਂ ਨੇ ਕਰ ਪਰਲੇ ਆਪਣੇ ਪੰਜਾਬ ਨੂੰ ਕੰਗਾਲ ਬਣਾਇਆ ਉਹ ਗੁਰਾਂ ਦੀ ਆ ਧਰਤੀ ਉੱਤੇ ਚਿੱਟਾ ਆਪ ਬਕਾਇਆ ਬਦਲ ਕੇ ਦੇਖੀਆਂ ਹੈ ਸਰਕਾਰਾਂ ਕੋਈ ਬਦਲਾ ਨਹੀਂ ਆਇਆ ਹੋ ਬਦਲ ਕੇ ਦੇਖੀਆਂ ਨੇ ਸਰਕਾਰਾਂ ਕੋਈ ਬਦਲਾ ਨਹੀਂ ਆਇਆ ਕੰਡਾ ਬੰਨਾ ਨੋਣਾ ਕਹਿੰਦਾ ਸਾਰੇ ਸਿਆਸੀ ਇੱਕੋ ਹੀ ਤੁਰਦੇ ਤੋਰਾ ਓਏ ਅੰਮ੍ਰਿਤ ਪਾਲਦਿਆਂ ਤਾਂ ਹੀ ਪੰਜਾਬ ਨੂੰ ਲੋੜਾਂ ਓਏ ਅੰਮ੍ਰਿਤ ਪਾਲਦਿਆਂ ਤਾਹੀਂ ਪੰਜਾਬ ਨੂੰ ਲੋੜਾ ਚੰਗਾ ਲੱਗਿਆ ਪਰ ਸ਼ੇਅਰ ਜ਼ਰੂਰ ਕਰ ਦੇਣਾ ਜੀ